ਅਸਲਾਮ ਅਲੈਕਮ ਜੀ, ਤਮਾਮ ਦੋਸਤਾਂ ਦਾ ਕੀ ਹਾਲ ਚਾਲ ਹੈ ਜੀ। ਤਮਾਮ ਦੋਸਤਾਂ ਨੂੰ ਆਪਣੇ ਯੂਟਿਊਬ ਚੈਨਲ ਆਸਫ ਵਲੌਗ ਵਿੱਚ ਖੁਸ਼ ਆਮਦੀਦ ਕਰਨਾ। ਔਰ ਦੋਸਤੋ, ਕਾਫੀ ਦਿਨ ਤੋਂ ਬਾਅਦ ਵੀਡੀਓ ਅਪਲੋਡ ਕਰ ਰਹੀ ਹਾਂ ਆਪਣੇ ਯੂਟਿਊਬ ਚੈਨਲ 'ਤੇ, ਕਿਉਂਕਿ ਸਾਡੇ ਕੋਲ ਇੱਥੇ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਕੰਮ ਬਹੁਤ ਵੱਧ ਗਿਆ ਸੀਗਾ, ਅਤੇ ਕੁਛ ਦਿਨਾਂ ਵਾਸਤੇ ਮੈਂ ਮਸਰੂਫ ਹੈਗਾ ਸੀ, ਅਤੇ ਤਾਂ ਕਰਕੇ ਅਤੇ ਹੁਣ ਜਨਾਬ ਅੱਜ ਆਪਾਂ ਇਨਸ਼ਾਅੱਲਾ ਜਿਹੜੀ ਸਾਡੀ ਮੱਕੀ ਹੈ ਉਹ ਆਪਣੀ ਪੱਕ ਚੁੱਕੀ ਹੈ ਜੀ, ਬਰਦਾਸ਼ਤ ਦਾ ਟਾਈਮ ਹੋ ਚੁੱਕਾ ਹੈ, ਅਤੇ ਹੁਣ ਅਸੀਂ ਮੱਕੀ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਇਹ ਦੇਖ ਰਹੇ ਹੋ ਪਿੱਛੇ ਆਪਣੇ ਇਹ ਮੱਕੀ ਹੁਣ ਜਿਹੜੀ ਹੈ ਉਹ ਆਪਾਂ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਹ ਬੀਜ ਲਗਾਇਆ ਹੋਇਆ ਸੀ, ਇਹ ਬੀਜ ਹੈਗਾ ਜੀ, ਤੁਹਾਨੂੰ ਦਿਖਾਉਂਦੇ ਹਾਂ, ਇਹ ਹੈਗਾ ਜੀ ਪਾਇਨੀਅਰ ਦਾ ਬੀਜ 1429, ਠੀਕ ਹੋ ਗਿਆ ਜੀ। ਇਹ ਦੇਖ ਰਹੇ ਹੋ ਮਾਸ਼ਾਅੱਲਾ, ਠੀਕ ਹੋ ਗਿਆ ਜੀ। ਇਹ ਹੈ ਜੀ 1429 ਪਾਇਨੀਅਰ ਦਾ ਬੀਜ ਹੈ 1429, ਔਰ 1429 ਦੇ ਨਾਲ ਅਸੀਂ ਲਗਾਇਆ ਹੋਇਆ ਸੀ ਜੀ ਕਾਲਬ ਦਾ ਬੀਜ ਲਗਾਇਆ ਹੋਇਆ ਸੀ, ਉਹਦਾ ਆਪਣਾ ਇਹ ਜਨਾਬ ਇਹ 1614 ਲਗਾਇਆ ਹੋਇਆ ਸੀ। ਔਰ ਇਹਦੇ ਕਲਰ ਵਿੱਚ ਵਾਜ਼ਾ ਫਰਕ ਹੈ, ਇਹ ਪੀਲਾ ਜਿਹਾ ਕਲਰ ਹੈਗਾ, ਉਹ ਜਿਹੜਾ ਪਾਇਨੀਅਰ ਦਾ ਬੀਜ ਹੈ ਉਹ ਰੈੱਡ ਕਲਰ ਵਿੱਚ ਹੈਗਾ ਲਾਲ। ਔਰ ਅਸੀਂ ਕੋਸ਼ਿਸ਼ ਕਰੀਦੀ ਹੈ 4-5 ਵਰਾਇਟੀਆਂ ਲਗਾਈਆਂ ਨੇ ਕਿ ਅਗਲੀ ਦਫ਼ਾ ਜਿਹੜੀ ਵਰਾਇਟੀ ਅੱਛੀ ਹੋਵੇ, ਜਿਹਦਾ ਝਾੜ ਅੱਛਾ ਹੋਵੇ, ਜਿਹਦੀ ਐਵਰੇਜ ਅੱਛੀ ਹੋਵੇ, ਉਹ ਫਿਰ ਵਰਾਇਟੀ ਜ਼ਿਆਦਾ ਬੀਜਣੇ ਹੈ। ਔਰ ਅਗਲੇ ਵਕਤ ਅਗਲੇ ਸੀਜ਼ਨ ਵਿੱਚ ਫਿਰ ਕੋਈ 2 ਬੀਜ ਨਾਲ ਹੋਰ ਲਗਾਈਦੇ ਨੇ, ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਨਵੀਆਂ ਵਰਾਇਟੀਆਂ ਵਿੱਚੋਂ ਅੱਗੇ ਕਾਮਯਾਬ ਵਰਾਇਟੀ ਕਿਹੜੀ ਹੈ। ਬਾਕੀ ਦੋਸਤੋ, ਕੁਛ ਦੋਸਤ ਸੁਪਰ ਮੁਬਾਸਾ ਦੇ ਬਾਰੇ ਪੁੱਛ ਰਿਹਾ ਸੀ, ਸੁਪਰ ਮੁਬਾਸਾ ਆਸਫ ਬਾਈ ਤੁਸੀਂ ਲਗਾਇਆ ਹੋਇਆ ਸੀ, ਤਾਂ ਉਹਦਾ ਕੀ ਬਣਾ, ਉਹਦੀ ਕੀ ਕੰਡੀਸ਼ਨ ਚੱਲ ਰਹੀ ਹੈ। ਅਤੇ ਸੁਪਰ ਮੁਬਾਸਾ ਨੂੰ ਦੋਸਤੋ ਹੋ ਗਿਆ ਜੀ 2 ਸਾਲ ਮੈਨੂੰ ਲਗਾਏ ਨੂੰ, ਔਰ ਸੁਪਰ ਮੁਬਾਸਾ ਦੀ ਕੰਡੀਸ਼ਨ ਇਹ ਦੋਸਤੋ ਆਪਣਾ ਖੜਾ ਹੈ ਜੀ ਸੁਪਰ ਮੁਬਾਸਾ F1, ਔਰ ਮੈਂ ਇਸ ਚਾਰੇ ਤੋਂ ਬੜਾ ਮੁਤਮਿਨ ਹਾਂ, ਔਰ ਪਾਕਿਸਤਾਨ ਵਿੱਚ ਦਿਨ ਬ ਦਿਨ ਇਹ ਵੱਧ ਰਹੀ ਹੈ, ਔਰ ਲੋਕ ਲਗਾ ਰਹੇ ਨੇ ਅਤੇ ਇਹਦੇ ਤੋਂ ਫਾਇਦਾ ਉਠਾ ਰਹੇ ਨੇ। ਸੁਪਰ ਮੁਬਾਸਾ F1 ਇਹ ਜਨਾਬ ਇੱਕ ਵਾਰ ਤੁਸੀਂ ਲਗਾਓ ਕੰਪਨੀ ਕਹਿੰਦੀ ਹੈ, ਔਰ 10 ਤੋਂ 12 ਸਾਲ ਜਿਹੜਾ ਫਿਰ ਤੁਹਾਨੂੰ ਲਗਾਉਣ ਦੀ ਜ਼ਰੂਰਤ ਕੋਈ ਨਹੀਂ, ਔਰ 1 ਸਾਲ ਵਿੱਚ ਤੁਸੀਂ ਇਹਦੇ ਕੋਲੋਂ 7 ਤੋਂ 8 ਕਟਾਈਆਂ ਹਾਸਲ ਕਰ ਸਕਦੇ ਹੋ। ਇਹਦੀ ਹਾਈਟ ਜਿਹੜੀ ਹੈ ਉਹ ਤਕਰੀਬਨ 6 ਫੁੱਟ ਹੋ ਚੁੱਕੀ ਹੈ, ਇਹ ਦੋਸਤੋ ਦੇਖ ਸਕਦੇ ਹੋ, ਅਤੇ ਜਿਹੜੀ ਅਸੀਂ ਪਿੱਛੋਂ ਕਟਾਈ ਕਰ ਰਹੇ ਹਾਂ ਇਹ ਜਲਦ ਜਲਦ ਗਰੋ ਕੀਤੀਆਂ ਹੈ। ਹਾਈਟ ਇਹਦੀ 6 ਫੁੱਟ ਹੋ ਚੁੱਕੀ ਹੈ, ਲੇਕਿਨ ਹਾਲੇ ਇਹਦੇ ਵਿੱਚ ਤਣਾ ਜਿਹੜਾ ਉਹ ਨਾ ਹੋਣ ਦੇ ਬਰਾਬਰ ਹੈ, ਇਹ ਤੁਸੀਂ ਦੇਖ ਸਕਦੇ ਹੋ ਕਿ ਤਣਾ ਇਹਦੇ ਵਿੱਚ ਨਾ ਹੋਣ ਦੇ ਬਰਾਬਰ ਹੈ, ਔਰ ਚਾਰਾ ਇਹਦਾ ਜਿਹੜਾ ਹੈ ਨਾ ਉਹ ਮਾਲ ਬਹੁਤ ਸ਼ੌਕ ਨਾਲ ਖਾਂਦੇ ਨੇ, ਜਾਨਵਰ ਬਹੁਤ ਸ਼ੌਕ ਨਾਲ ਖਾਂਦੇ ਨੇ, ਗਾਵਾਂ ਮੱਝਾਂ। ਔਰ ਮੈਂ ਪਿਛਲੇ ਸਾਲ ਇੱਥੋਂ ਇਹਦੇ ਤੋਂ 6 ਕਟਾਈਆਂ ਹਾਸਲ ਕੀਤੀਆਂ ਸੀ, ਔਰ ਇਨਸ਼ਾਅੱਲਾ ਇਸ ਦਫ਼ਾ ਉਮੀਦ ਹੈ ਕਿ 7-8 ਕਟਾਈਆਂ ਇਹ ਦੇਵੇਗਾ। ਜਿੰਨਾ ਜਲਦੀ ਇਹਨੂੰ ਕੱਟ ਲਈਏ ਉਨਾ ਜਲਦੀ ਪਿੱਛੇ ਗਰੋ ਕਰਦਾ ਹੈ, ਕੋਸ਼ਿਸ਼ ਕਰੀਦੀ ਹੈ ਕਿ ਜਦੋਂ 4 ਫੁੱਟ ਦਾ ਹੋ ਜਾਵੇ ਅਸੀਂ ਇਹਨੂੰ ਕਟਾਈ ਲਗਾ ਦਿੰਦੇ, ਅਤੇ ਤਕਰੀਬਨ 6 ਫੁੱਟ ਦਾ ਹੋ ਜਾਂਦਾ ਏ, ਅਤੇ ਉਤਨੀ ਦੇਰ ਨੂੰ ਇਹ ਕੱਟਾ ਵੀ ਜਾਂਦਾ, ਦੁਬਾਰਾ ਫਿਰ ਇਹ ਪਿੱਛੋਂ ਜਲਦੀ ਗਰੋ ਕਰਨ ਲੱਗ ਪੈਂਦਾ। ਲਸ਼ ਗ੍ਰੀਨ ਖੜਾ, ਚਾਰਾ ਬਹੁਤ ਅੱਛਾ ਹੈ, ਔਰ 15,500 ਦਾ ਜੀ ਬੀਜ ਹੈ ਪਰ ਏਕੜ ਦਾ, 750 ਗ੍ਰਾਮ ਪਰ ਏਕੜ ਵਿੱਚ ਲੱਗਦਾ, ਔਰ ਬੜਾ ਅੱਛਾ ਚਾਰਾ ਹੈ। ਬਾਕੀ ਦੋਸਤ ਪੁੱਛਦੇ ਨੇ ਕਿ ਇਹ ਆਸਫ ਬਾਈ ਇਹਦਾ ਸੈਲਜ ਬਣਦਾ ਕਿ ਨਹੀਂ ਬਣਦਾ, ਅਤੇ ਅਸੀਂ ਬਾਈ ਮੇਰੇ ਸੈਲਜ ਕਦੇ ਨਹੀਂ ਬਣਾਇਆ ਜੀ, ਕਿਉਂਕਿ ਮੈਂ ਸੈਲਜ ਅਸੀਂ ਆਪਣੇ ਜਾਨਵਰਾਂ ਵਾਸਤੇ ਕਦੀ ਬਣਾਇਆ ਹੀ ਨਹੀਂ, ਨਾ ਮੱਕੀ ਦਾ ਨਾ ਇਹਦਾ, ਅਤੇ ਇਹ ਮੈਨੂੰ ਪਤਾ ਨਹੀਂ ਹੈਗਾ ਇਹਦਾ ਸੈਲਜ ਬਣਦਾ ਹੈ ਕਿ ਨਹੀਂ ਬਣਦਾ। ਔਰ ਮੈਂ ਤਾਂ ਇਹ ਕਹਾਂਗਾ ਕਿ ਇਹਦਾ ਸੈਲਜ ਨਹੀਂ ਬਣਦਾ, ਔਰ ਸਬਜ਼ ਚਾਰੇ ਵਿੱਚ ਇਹਨੂੰ ਇਸਤੇਮਾਲ ਤੁਸੀਂ ਕਰ ਸਕਦੇ ਹੋ, ਔਰ ਅੱਛਾ ਇਸਤੇਮਾਲ ਕਰ ਸਕਦੇ ਹੋ, ਇਹਦੇ ਵਿੱਚ ਤੂੜੀ ਛੁੜੀ ਪਾ ਕੇ, ਅਤੇ ਜਾਨਵਰਾਂ ਦਾ ਅੱਛਾ ਜਿਹੜਾ ਨਾ ਇਹ ਗੁਜ਼ਾਰਾ ਕਰਦਾ ਹੈ। ਅਤੇ ਬਾਕੀ ਜਵਾਰ ਨਾਲੋਂ ਇਹ ਜਵਾਰ ਹਾਈਬ੍ਰਿਡ ਬੀਜੀ ਹੋਈ ਹੈ, ਜਵਾਰ ਨਾਲੋਂ ਇਹ ਬੜਾ ਫਾਸਟ ਗਰੋ ਕਰਦਾ ਹੈ। ਜਵਾਰ ਦੀ ਹਾਲੇ ਪਹਿਲੀ ਕਟਾਈ ਚੱਲ ਰਹੀ ਹੈ ਅਤੇ ਇਹਦੀ ਦੂਸਰੀ ਕਟਾਈ ਚੱਲ ਰਹੀ ਹੈ। ਅਤੇ ਬਾਕੀ ਇਹਦਾ ਬੂਟਾ ਜਿਹੜਾ ਉਹ ਬੜਾ ਕਾਫੀ ਦਿਨ ਬ ਦਿਨ ਵੱਡਾ ਹੋਇਆ ਜਾਂਦਾ ਹੈ, ਯਾਨੀ ਕਿ ਪੌਦਾ ਇਹਦਾ ਖਿਲਰਾ ਜਾਂਦਾ ਹੈ, ਵਧਾ ਜਾਂਦਾ ਹੈ। ਬਾਕੀ ਪੱਤੇ ਹੀ ਪੱਤੇ ਨੇ, ਸਟਾਂਡਾ ਨਾ ਹੋਣ ਦੇ ਬਰਾਬਰ ਹੈ। ਇਹ ਕੰਡੀਸ਼ਨ ਹੈ ਜੀ ਆਪਣੇ ਸੁਪਰ ਮੁਬਾਸਾ F1 ਦੀ। ਅਗਰ ਕੋਈ ਦੋਸਤ ਖਰੀਦਣਾ ਚਾਹੇ, ਇਹਦਾ ਬੀਜ ਖਰੀਦਣਾ ਚਾਹੇ, ਜਾਂ
ਇਹਦੇ ਬਾਰੇ ਮਜ਼ੀਦ ਕੋਈ ਮਾਲੂਮਾਤ ਲੈਣਾ ਚਾਹੇ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਆਪਣਾ ਨੰਬਰ ਦੇ ਰਹੀ ਹਾਂ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਤੁਹਾਡੀ ਮਜ਼ੀਦ ਰਹਿਨਮਾਈ ਕਰ ਦਿਆਂਗਾ। ਆਪਣਾ ਵੀ ਔਰ ਕੰਪਨੀ ਦਾ ਵੀ ਨੰਬਰ ਡਿਸਕ੍ਰਿਪਸ਼ਨ ਵਿੱਚ ਦੇ ਰਹੀ ਹਾਂ। ਬਾਕੀ ਦੋਸਤੋ ਹੁਣ ਇਸ ਵੀਡੀਓ ਨਾਲ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਮਿਲਾਂਗੇ। ਅੱਲਾ ਨਿਗੇਬਾਨ, ਰੱਬ ਰੱਖਾ ਜੀ, ਜਿੰਦੇ ਵਸਦੇ ਰਹੋ।